ਦੇਖੋ ਜੀ ਆਹ ਢੱਠੇ ਨੇ ਅਤੇ ਪਾਣੀ ਇਹਨਾਂ ਦਾ ਬੰਦ ਹੋ ਗਿਆ ਜੀ। ਸੀਵਰੇਜ ਦਾ ਪਾਣੀ ਨਿਕਲਣਾ ਗਲੀ ਨੰਬਰ 9 'ਚ ਤਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਜੀ ਭਾਰੀ ਇਕੱਠ ਅਤੇ ਬੰਦ ਕੀਤਾ ਗਿਆ ਅਤੇ ਆਹ ਲੱਗੇ ਪਏ ਆ 9 ਨੰਬਰ ਗਲੀ ਅਜੀਤ ਰੋਡ ਤੋਂ। ਆਹ ਇਹਨਾਂ ਦੀ ਮੰਗ ਆ ਕਿ ਜਿਹੜਾ ਸੀਵਰੇਜ ਬੰਦ ਹੈ 1 ਮਹੀਨੇ ਤੋਂ ਅਤੇ ਉਹਨੂੰ ਖੋਲ੍ਹਿਆ ਜਾਵੇ ਅਤੇ ਨਗਰ ਨਿਗਮ ਨੂੰ ਕਹਿੰਦੇ 2-3 ਵਾਰੀ ਕੰਪਲੇਂਟਾਂ ਕਰਕੇ ਆਏ ਹਾਂ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਅੱਜ ਲੋਕਾਂ ਵੱਲੋਂ ਅਜੀਤ ਰੋਡ ਸਾਹਮਣੇ ਸਟੈਲਰ ਦੇ ਅਤੇ ਕਰ ਰਹੇ ਆ ਨਾਅਰੇਬਾਜ਼ੀ। ਠੀਕ ਕੀਤਾ ਜਾਵੇ ਕਿਉਂਕਿ ਬੱਚੇ ਦੇ ਨਾਲ ਡਿੱਗਦੇ ਆ, 15 ਦਿਨ ਹੋ ਗਏ ਦੇਖਦੇ ਆ ਨੂੰ ਬੰਦੇ ਆਉਂਦੇ ਇਹਨਾਂ ਦੇ ਆ ਕੇ ਤੁਰ ਜਾਂਦੇ ਆ ਕੇ ਚਾਹ ਪਾਣੀ ਪੀ ਕੇ ਤੁਰ ਜਾਂਦੇ ਕਹਿੰਦੇ ਅਸੀਂ ਕਰਾਂਗੇ ਅਸੀਂ ਗੁਹਾਰ ਲੈ ਗਏ ਪਰ ਮੇਰੇ ਕਹਿੰਦਾ ਮੈਂ ਕੀ ਕਰ ਸਕਦਾ ਕਰਾਂਗੇ ਕਹਿ ਕੇ ਛੱਡ ਸਕਦੇ ਹਾਂ। ਸਾਡੀ ਅੱਜ ਮੰਗ ਇਹੀ ਹੈ ਕਿ ਛੇਤੀ ਤੋਂ ਛੇਤੀ ਸਾਡਾ ਸੀਵਰ ਚਾਲੂ ਕੀਤਾ ਜਾਵੇ। ਠੀਕ ਹੈ ਜੀ, ਉਹਨੂੰ ਬੰਦ ਕੀਤਾ ਗਿਆ ਜੀ, ਪਾਈਪ ਫਟੀ ਹੋਇਆ ਕਿ ਜਾਂ ਕੀ ਦਿੱਕਤ ਹੈ? ਪਾਈਪ ਸੀਵਰ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਆਪਦੇ ਸੱਟ ਪੇਟ ਮਾਰ ਕੇ ਤੋੜੀ ਗਈ ਹੈ। ਤੋੜੀ ਗਈ ਹੈ, ਠੀਕ ਹੈ। ਇਹ ਅਜੀਤ ਰੋਡ ਹੁਣ ਰਿਪੇਅਰ ਨਹੀਂ ਕਰ ਰਹੇ। ਠੀਕ ਹੈ, ਕਿੰਨੇ ਨੰਬਰ ਗਲੀ ਆਏ ਜੀ? ਇਹ 9 ਏ ਹੈ ਜੀ, ਅਜੀਤ ਰੋਡ। ਓਕੇ ਜੀ, ਠੀਕ ਹੈ ਜੀ, ਧੰਨਵਾਦ ਜੀ।